ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਤੁਸੀਂ ਜਾਣਦੇ ਹੋ ਜੀ ਇੱਕ ਜ਼ਰੂਰੀ ਕਾਰਜਕ੍ਰਮ ਵਾਸਤੇ ਮिक्की ਅਮਰੀਕਾ ਜਾਣਾ ਪਵਾ ਕਰਦਾ ਤਾਂ ਮੈਂ ਸੋਚਿਆ ਜੇ ਖਰਾ ਉਗ ਜੇ ਅਮਰੀਕਾ ਜਾਣੇ ਥਮਾ ਪਹਿਲਿੰਗ ਮੈਂ ਮਨ ਕੀ ਬਾਤ ਰਿਕਾਰਡ ਕਰੀ ਦਿਆਂ ਸਤੰਬਰ ਚ ਜਿਸ ਦਿਨ ਮਨ ਕੀ ਬਾਤ ਹੈ ਉਸੇ ਤਰੀਕ ਕੀ ਇੱਕ ਹੋਰ ਮੱਤਪੂਰਨ ਦਿਨ ਹੁੰਦਾ ਹੁਣਾਂ ਤੇ ਅਸ਼ਲੋਕ ਬੜੇ ਸਾਰੇ ਦਿਨ ਚੇਤਾ ਰੱਖਨੇ ਆ ਬੱਕ ਬੱਕ 40 ਦੇ ਦਿਨ ਮਨਾਣੇ ਵੀ ਆ ਤੇ ਜੇਕਰ ਆਪਣੇ ਘਰਾਂ ਚ ਨੌਜਵਾਨ ਪੁੱਤਰ ਤੀਯੂਨ ਜੇਕਰ ਉਹਨੇ ਕੀ ਪੁੱਛਕਿਓ ਦਾ ਪੂਰੇ ਬਰੇ ਪਰ ਦੇ ਕਿਹੜੇ ਦਿਨ ਕੁਸਲੇ ਆਉਂਦੇ ਨੇ ਤੁਸੀਂ ਕੀ ਪੂਰੀ ਸੂਚੀ ਸੁਣਾਇ ਦੇਂਗਨ ਪਰ ਇੱਕ ਹੋਰ ਦਿਨ ਐਸਾ ਹੈ ਜਿਹੜਾ ਅਸੀਂ ਸਭ ਨੇ ਕੀ ਚੇਤਾ ਰੱਖਣਾ ਚਾਹੀਦਾ ਤੇ ਇਹ ਦਿਨ ਐਸਾ ਹੈ ਜਿਹੜਾ ਭਾਰਤ ਦੀ ਪਰੰਪਰਾਇਆਂ ਦੇ ਕੰਨੇ ਬੜਾ ਜੁੜੇਦਾ ਹੈ ਸਦੀਆਂ ਥਮਾ ਜਿਹੜੀ ਪਰੰਪਰਾਇਆਂ ਕੰਨੇ ਅੱਜ ਜੁੜੇ ਦੀਆਂ ਉਹਦੇ ਕੰਨੇ ਜੋੜਨੇ ਵਾਲਾ ਹੈ ਇਹ ਹੈ ਵਰਲਡ ਰਿਵਰ ਡੇ ਯਾਨੀ ਵਿਸ਼ਵ ਨਦੀ ਦਿਵਸ ਸਾਡੇ ਇਥੇ ਆਖਿਆ ਗਿਆ ਹੈ ਪਿਵੰਤੀ ਨਧਯਹ ਸਵਯਮੇਵ ਨਾਮਭ ਯਾਨੀ ਨਦੀਆਂ ਆਪਣਾ ਪਾਣੀ ਆਪੂ ਨਹੀਂ ਪੀਂਦੀਆਂ ਸਗੂਆ ਪਰਉਪਕਾਰ ਲਈ ਦਿੰਦੀਆਂ ਨੇ ਸਾਡੇ ਅਸਤੇ ਨਦੀਆਂ ਇੱਕ ਭੌਤਿਕ ਚੀਜ਼ ਨਹੀਂ ਐ ਸਾਡੇ ਅਸਤੇ ਨਦੀ ਇੱਕ ਜੀਵੰਤ ਇਕਾਈ ਐ ਤੇ ਤਾਂ ਗਤੈ ਤਾਂ ਗਤੈ ਅਸ ਨਦੀਆਂ ਕੀ ਮਾਂਗ ਲਾਨੀਆਂ ਸਾਡੇ ਕਿੰਨੇ ਗ ਪਰਵੋਂ ਤਿਆਰੋਂ ਉਤਸਵੋਂ ਉਮੰਗੂ ਐ ਇਹ ਸਭੈ ਸਾਡੀ ਨੇ ਮਾਤਾਈ ਦੀ ਗੋਦਿਆ ਚ ਗਤੈ ਹੁੰਦੇ ਨੇ ਤੁਸੀਂ ਸਭੈ ਜਾਣਦੇ ਗਿਆ ਉਹ ਮਾਗ ਦਾ ਮਹੀਨਾ ਆਉਂਦਾ ਤਾਂ ਸਾਡੇ ਮੁਲਕ ਚ ਬੜੇ ਲੋਕ ਪੂਰੇ 1 ਮਹੀਨੇ ماں ਗੰਗਾ ਜਾਂ ਕਿਸੇ ਹੋਰ ਨਦੀ ਦੇ ਕੰਡੇ ਕਲਪਵਾਸ ਕਰਦੇ ਨਾ ਉਨਤੇ ਇਹ ਪਰੰਪਰਾ ਨਹੀਂ ਰਹੀ ਪਰ ਪਹਿਲੇ ਦੇ ਜਮਾਨੇ ਚ ਤੇ ਪਰੰਪਰਾ ਹੀ ਜੇਕਰ ਅਜੇ ਇਸ਼ਨਾਨ ਕਰਨੇ ਆ ਤਾਂ ਵੀ ਨਦੀਆਂ ਕੀ ਚੇਤਾ ਕਰਨੇ ਦੀ ਪਰੰਪਰਾ ਅੱਜ ਭਾਵੇਂ ਲੁਪਤੋਈ ਗਈ ਦੀ ਹੋਇਆ ਜਾਂ ਕੁਤੇ ਬੜੀ ਘੱਟ ਮਾਤਰਾ ਚ ਬਚਦੀ ਹੋਇਆ ਪਰ ਇੱਕ ਬੜੀ ਵੱਡੀ ਪਰੰਪਰਾ ਹੀ ਜਿਹੜੀ ਵੱਢ ਲਿਆ ਗਿਆ ਇਸ਼ਨਾਨ ਕਰਦੇ ਪੇ ਲਿਆ ਗਿਆ ਵਿਸ਼ਾਲ ਪਰਦ ਦੀ ਇੱਕ ਯਾਤਰਾ ਕਰਵਾਈ ਦਿੰਦੀ ਹੀ ਮਾਨਸਿਕ ਯਾਤਰਾ ਦੇਸ਼ਾਂ ਦੇ ਕੋਨੇ-ਕੋਨੇ ਥਮਾ ਜੁੜਨੇ ਦੀ ਪ੍ਰੇਰਣਾ ਬਣੀ ਜਾਂਦੀ ਹੀ ਤੇ ਉਹ ਕੀ ਹੈ ਪਰ ਚ ਇਸ਼ਨਾਨ ਕਰਦੇ ਬੇਲੇ ਇੱਕ ਸ਼ਲੋਕ ਬੋਲਨੇ ਦੀ ਪਰੰਪਰਾ ਰਹੀ ਹੈ ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ ਨਰਮਦੇ ਸਿੰਧੂ ਕਾਵੇਰੀ ਜਲੇ ਅਸਮਿਨ ਸੰਨਿਧਿਨ ਕੁਰੂ ਪਹਿਲੇ ਸਾਡੇ ਘਰਾਂ ਚ ਪਰਿਵਾਰ ਦੇ ਵੱਡੇ ਇਹ ਸ਼ਲੋਕ ਬੱਚੇ ਦੀ ਚੇਤਾ ਕਰਵਾਉਂਦੇ ਹੀ ਤੇ ਇਹਦੇ ਕੰਨੇ ਸਾਡੇ ਦੇਸ਼ਾਂ ਚ ਨਦੀਆਂ ਕੇ ਲਈ ਇਹ ਆਸਥਾ ਵੀ ਪੈਦਾ ਹੁੰਦੀ ਹੀ ਵਿਸ਼ਾਲ ਭਾਰਤ ਦਾ ਇੱਕ ਨਕਸ਼ਾ ਮਨ ਚ ਅੰਕਿਤ ਹੋ ਜਾਂਦਾ ਹੈ ਨਦੀਆਂ ਦੇ ਪ੍ਰਤੀ ਜੁੜਾ ਬੰਦਾ ਹ ਜਿਸ ਨਦੀ ਕੀ ਮਾਂ ਦੇ ਰੂਪ ਵਿੱਚ ਅਸ ਜਾਣਨੇ ਆ ਦਿਖਨੇ ਆ ਜਿਨੀਆਂ ਉਸ ਨਦੀ ਦੇ ਪ੍ਰਤੀ ਇੱਕ ਆਸਥਾ ਦੀ ਭਾਵਨਾ ਪੈਦਾ ਹੁੰਦੀ ਹੀ ਇੱਕ ਸੰਸਕਾਰ ਪ੍ਰਕਿਰਿਆ ਹੀ ਸਾਥੀਓ ਜਿਸ ਲਈ ਅਸ ਸਾਡੇ ਦੇਸ਼ਾਂ ਚ ਨਦੀਆਂ ਦੀ ਮਹਿਮਾ ਪਰ ਗੱਲ ਕਰਾ ਕਰਨੀ ਆ ਤਾਂ ਸੁਭਾਵਿਕ ਰੂਪ ਕੰਨਾ ਹਰ ਕੋਈ ਇੱਕ ਸਵਾਲ ਪੁੱਟੇਗ ਤੇ ਸਵਾਲ ਪੁੱਟਨੇ ਦਾ ਹੱਕ ਵੀ ਹੈ ਤੇ ਇਹਦਾ ਜਵਾਬ ਦੇਣਾ ਇਸਾੜੀ ਜ਼ਿੰਮੇਵਾਰੀ ਵੀ ਹੈ ਕੋਈ ਵੀ ਸਵਾਲ ਪੁੱਛਗ ਜੇ ਪਈ ਤੁਸ ਨਦੀ ਦੇ ਇੰਨੇ ਗੀਤ ਗਾ ਕਰਦੇ ਹੋ ਨਦੀ ਕੀ ਮਾਂ ਆਖਾ ਕਰਦੇ ਹੋ ਤਾਂ ਇਹ ਨਦੀ ਪ੍ਰਦੂਸ਼ਿਤ ਕੀ ਹੋਈ ਜਾਂਦੀ ਹੈ ਸਾਡੇ ਸ਼ਾਸਤਰਾਂ ਚ ਤੇ ਨਦੀਆਂ ਚ ਬਿੰਦਾਰਾ ਪ੍ਰਦੂਸ਼ਣ ਕਰਨੇ ਕੀ ਵੀ ਗਲਤ ਦੱਸਿਆ ਗਿਆ ਤੇ ਸਾਡੀ ਪਰੰਪਰਾ ਵੀ ਐਸੀ ਰਹੀਆਂ ਨ ਤੁਸ ਤੇ ਜਾਣਦੇ ਹੋ ਸਾਡੇ ਹਿੰਦੁਸਤਾਨ ਦਾ ਜਿਹੜਾ ਪੱਛਮੀ ਇਸ ਹੈ ਖਾਸ ਕਰਕੇ ਗੁਜਰਾਤ ਤੇ ਰਾਜਸਥਾਨ ਉੱਥੇ ਪਾਣੀ ਦੀ ਬੜੀ ਕਮੀ ਹੈ ਕਈ ਵਾਰੀ ਅਕਾਲ ਪਉਂਦਾ ਹੈ ਉਨਿਸਕਰੀਏ ਉੱਥੇ ਦੇ ਸਮਾਜ ਜੀਵਨ ਚ ਇਕ ਨਮੀ ਪਰੰਪਰਾ ਵਿਕਸਿਤ ਹੋਈ ਹੈ ਜੀਆਂ ਗੁਜਰਾں ਚ ਬਰਖਾ ਦੀ ਸ਼ੁਰੂਆਤ ਹੁੰਦੀ ਹੈ ਤਾਂ ਗੁਜਰਾਤ ਚ ਜਲ ਜੀਲਨੀ ਕਾਸਤੀ ਮਨਾਉਂਦੇ ਆ ਮਤਲਬ ਜੇ ਅੱਜ ਦੇ ਯੁੱਗ ਚ ਅਸ ਜਿਸकी ਆਖਣੀਆਂ ਕੈਚ ਦਾ ਰੇਨ ਉਹ ਇਹ ਗੱਲ ਹੈ ਜੇ ਪਾਣੀ ਦੇ ਇੱਕ ਇੱਕ ਬਿੰਦੂ ਕੀ ਆਪਣੇ ਚ ਸਮੇਟਨਾ ਜਲ ਜੀਲਨੀ ਉਸ ਸੇ ਚਾਲੀਕਰਨੇ ਬਰਖਾ ਦੇ ਪ੍ਰੰਤ ਬਿਹਾਰ ਤੇ ਪੂਰਬ ਦੇ ਸਿੰਚ ਛੱਟ ਦਾ ਮਹਾਪਰਵ ਮਨਾਇਆ ਜਾਂਦਾ ਹੈ ਮੇਗੀ ਮੇਦ ਹੈ ਜੇ ਛੱਟ ਪੂਜਾ ਕੀ ਦਿਖਦੀ ਹੋਈ ਨਦੀਆਂ ਦੇ ਕੰਢੇ ਕਾਟੇ ਦੀ ਸਫਾਈ ਤੇ ਮਰੰਮਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਦੀਯੋਗ ਅਸ ਨਦੀਆਂ ਦੀ ਸਫਾਈ ਤੇ ਉਹਨਾਂ ਦੇ ਪ੍ਰਦੂਸ਼ਣ ਕੁਲਾ ਮੁਕਤ ਕਰਨੇ ਦਾ ਕੰਮ ਸਭਨੇ ਦੇ ਪ੍ਰਯਾਸ ਤੇ ਸਭਨੇ ਦੇ ਸਹਿਯੋਗ ਕੰਨਿਆ ਗਿਆ ਕਰੀ ਸਕਨੇ ਆ ਨਮਾਮੀ ਗੰਗੇ ਮਿਸ਼ਨ ਵੀ ਅੱਜ ਅੱਗੇ ਵਧਾ ਕਰਦਾ ਹੈ ਤਾਂ ਇਹਦੇ ਚ ਸਭਨੇ ਲੋਕਾਂ ਦੇ ਯਤਨ ਇਕਜਾਲਿਕ ਨੇ ਜਨ ਜਾਗਰਤੀ ਜਨ ਆંદੋਲਨ ਉਹਦੀ ਬੜੀ ਵੱਡੀ ਭੂਮਿਕਾ ਹੈ ਸਾਥੀਓ ਜਿਸ ਲੈ ਨਦੀ ਦੀ ਗੱਲ ਹੋਆ ਕਰਦੀ ਹੈ ਮਾਂ ਗੰਗਾ ਦੀ ਗੱਲ ਹੋਆ ਕਰਦੀ ਹੈ ਤੈ ਇੱਕ ਹੋਰ ਗੱਲ ਆਲੀ ਬੱਕੀ ਵੀ ਤੁੰਦਾ ਧਿਆਨ ਆਕਰਸ਼ਿਤ ਕਰਨੇ ਦਾ ਮਨ ਕਰਦਾ ਹੈ ਗੱਲ ਜਿਸ ਲੈ ਨਮਾਮੀ ਗੰਗੇ ਦੀ ਵਾ ਕਰਦੀ ਹੈ ਤਾਂ ਪੱਕ ਗਏ ਇੱਕ ਗੱਲੇ ਪਰ ਤੁੰਦਾ ਧਿਆਨ ਗਿਆਉਗ ਤੇ ਸਾਡੇ ਨੌਜਵਾਨੇਤਾ ਤੇ ਪੱਕਾ ਗਿਆਉਗ ਅੱਜ ਕੱਲ ਇੱਕ ਖਾਸ ਈ ਆਕਸ਼ਨ ਈ ਨਿਲਾਮੀ ਚਲਾ ਕਰਦੀ ਹੈ ਇਹ ਇਲੈਕਟ੍ਰੋਨਿਕ ਨਿਲਾਮੀ ਓਕੜੇ ਤੋਫੇਂ ਦੀ ਵਾ ਕਰਦੀ ਹੈ ਜਿਹੜੇ ਮਿੱਗੀ ਸਮੇ ਸਮੇ ਪਰ ਲੋਕਾਂ ਨੇ ਦਿੱਤੇ ਨਾ ਇਸ ਨਿਲਾਮੀ ਕਨੇ ਜਿਹੜਾ ਪੈਸਾ ਆਉਗ ਉਹ ਨਮਾਮੀ ਗੰਗੇ ਅਭਿਆਨ ਅਸਤੇ ਗ ਸਮਰਪਿਤ ਕੀਤਾ ਜਾਂਦਾ ਹੈ तु जी अपनेप की भावना तोहफा दें भावना की एक अभियान हो मजबूत करता है साथियो मुल्ख भर नदियों चतिय जान भरने पानी की स्वच्छता समाजसेवी संगठन लगातार किश नौन अमा नहीं दहकें थमा यह चलता रहा कि लोग ऐसे कमें अपने आप समर्पित करी चुके हों पर इे जतन इे आस्था ਸੜੀ ਨਦੀਆਂ ਕੀ ਬਚਾਈਏ ਰੱਖਾ ਕਰਦੀ ਹੈ ਤੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਤਮਾ ਜਿਸ ਲਈ ਐਸੀ ਖਬਰਾਂ ਮੇਰੇ ਕੰਨ ਚ ਪਾਉਂਦੀਆਂ ਨ ਤਾਂ ਐਸੇ ਕੰਮ ਕਰਨ ਵਾਲੇ ਦੇ ਪ੍ਰਤੀ ਇੱਕ ਬੜੇ ਆਦਰ ਦੀ ਭਾਵਨਾ ਮੇਰੇ ਮਨ 'ਚ ਜਾਗਦੀ ਹੈ ਤੇ ਮੇਰਾ ਵੀ ਮਨ ਕਰਦਾ ਜੀ ਉਹ ਗੱਲਾਂ ਤੁਸੇਂ ਹੀ ਦੱਸਾਂ ਤੁਸ ਦੇਖੋ ਤਮਿਲਨਾਡੂ ਦੇ ਵੈਲੋਰ ਤੇ ਤਿਰੂਵੰਨਾਮਲਾਈ ਜ਼ਿਲ੍ਹੇ ਦੀ ਇੱਕ ਮਿਸਾਲ ਦੇਣਾ ਚਾਹਨਾ ਇੱਥੇ ਇੱਕ ਨਦੀ ਵਗਦੀ ਹੈ ਨਾਗਾ ਨਦੀ ਉਹਨੇ ਨਾਗਾ ਨਦੀ ਬਰੇ ਪਹਿਲੇ ਸੁੱਕੀ ਗਈ ਸੀ ਇਸ ਵਜ੍ਹਾ ਕਰੀ ਉੱਥੇ ਦਾ ਜਲ ਸਤਰ ਵੀ ਬੜਾ ਏਟ ਚਲੀ ਗਿਆ ਹ ਪਰ ਉੱਥੇ ਦੀਆਂ ਮਹਿਲਾئیں ਬੀੜਾ ਚੁਕਿਆ ਜੇ ਉਹ ਆਪਣੀ ਨਦੀ ਕੀ ਪਰਤੀ ਹੈ ਜੀਵਿਤ ਕਰਨਨ ਪੀ ਕੇ ਹ ਉਹਨੇ ਲੋਕਾਂ ਕੀ ਜੋੜਿਆ ਜਨਪਾਗਿਦਾਰੀ ਕਰਨੇ ਨਹਿਰਾ ਖੋਦੀਆਂ ਚੈੱਕ ਡੈਮ ਬਣਾਏ ਰੀਚਾਰਜ ਖੂਬ ਬਣਾਏ ਤੁਸੇ ਕੀ ਵੀ ਜਾਣੀ ਹੈ ਖੁਸ਼ੀ ਹੋਗ ਸਾਥੀਓ ਜੇ ਅੱਜ ਉਹ ਨਦੀ ਪਾਣੀ ਕਰਨੇ ਪਰੋਚੀ ਗਈ ਹੈ ਤੇ ਜਿਸ ਲਈ ਨਦੀ ਪਾਣੀ ਕਰਨੇ ਪਰੋਚੀ ਜਾਂਦੀ ਹੈ ਨਾ ਤਾਂ ਮਨੇ ਕੀ ਇੰਨਾ ਸਕੂਨ ਥੋਂਦਾ ਮੈਂ ਪ੍ਰਤੱਖ ਤੌਰ ਪਰ ਇਹਦਾ ਅਨੁਭਵ ਕੀਤਾ ਹੈ ਤੁੰਦੇਚਾ ਬੜੇ ਲੋਕ ਜਾਣਦੇ ਹੋ ਗਨ ਜੇ ਜਿਸ ਸਾਬਰਮਤੀ ਦੇ ਕੰਡੇ ਪ੍ਰਮਾਤਮਾ ਗਾਂਧੀ ਹੋਰੇ ਸਾਬਰਮਤੀ ਆਸ਼ਰਮ ਬਣਾਇਆ ਹ ਪਿਛਲੇ ਕਿਸ਼ਦਾ ਕਿੰਚ ਇਸ ਸਾਬਰਮਤੀ ਨਦੀ ਸੁੱਕੀ ਗਈ ਹੀ ਬਰੇਚ 6-8 ਮਹੀਨੇ ਪਾਣੀ ਨਜਰੀ ਕਾ ਨਹੀਂ ਆਉਂਦਾ ਹ ਪਰ ਨਰਮਦਾ ਨਦੀ ਤੇ ਸਾਬਰਮਤੀ ਨਦੀ ਕੀ ਜੋੜੀ ਦਿੱਤਾ ਤੇ ਜੇਕਰ ਅੱਜ ਤ ਉਸ ਅਹਮਦਾਬਾਦ ਜਾਗਿਓ ਤਾਂ ਸਾਬਰਮਤੀ ਨਦੀ ਦਾ ਪਾਣੀ ਐਸਾ ਮਨ ਅਗੀ ਖੁਸ਼ ਕਰਤਾ ਹੈ ਇਸ ਸੇ ਚਾਲੀ ਬੜੇ ਸਾਰੇ ਕੰਮ ਜੀਆਂ ਤਾਮਿਲਨਾਡੂ ਦੀਆਂ ਸਾੜੀਆਂ ਇਹ ਪਹਿਨਾ ਕਰਾ ਕਰਦੀਆਂ ਹਨ ਦੇ ਸਾਡੇ ਬੱਕ ਬੱਕ ਕੋਨੇ ਚ ਚਲਾ ਕਰਦੇ ਨ ਮੈਂ ਤੇ ਜਾਨਣਾ ਕਈ ਸੜੇ ਧਾਰਮਿਕ ਪਰੰਪਰਾ ਕਨੇ ਜੁੜੇ ਦੇ ਸੰਤ ਨ ਗੁਰੂ ਜਨ ਉਹ ਵੀ ਆਪਣੀ ਅਧਿਆਤਮਿਕ ਯਾਤਰਾ ਦੇ ਕਨੇ ਕੰਨ ਪਾਣੀ ਹਾਸਤੇ ਨਦੀ ਹਾਸਤੇ ਮਤਾ ਕਿਸ਼ਕਰਾ ਕਰਦੇ ਨ ਕਈ ਨਦੀਆਂ ਦੇ ਕੰਡੇ ਦਰਖਤ ਲਾਣੇ ਦਾ ਅਭਿਆਨ ਚਲਾ ਕਰਦੇ ਨ ਤਾਂ ਕੁਤੇ ਨਦੀਆਂ ਚ ਬਗਾ ਕਰਦੇ ਗੰਦੇ ਪਾਣੀ ਕੀ ਰੋਕਿਆ ਜਾ ਕਰਦਾ ਹੈ ਸਾਥੀਓ ਵਰਲਡ ਰੀਵਰ ਡੇ ਜਿਸ ਲਈ ਅੱਜ ਮਨਾ ਕਰਨੇ ਆ ਤਾਂ ਇਸ ਕੰਮ ਲਈ ਸਮਰਪਿਤ ਸਭ ਨੇ ਦੀ ਮੈਂ ਸਰਾਨਾ ਕਰਨਾ ਅਭਿਨੰਦਨ ਕਰਨਾ ਪਰ ਹਰ ਨਦੀ ਦੇ ਕੋਲ ਰਹਿਣ ਵਾਲੇ ਲੋਕਾਂ ਦੀ ਦੇਸ਼ ਵਾਸੀਆਂ ਦੀ ਮੈਂ ਗੁਜ਼ਾਰਿਸ਼ ਕਰਾਂ ਜੇ ਭਾਰਤ ਚ ਕੋਨੇ-ਕੋਨੇ ਚ ਬਰੇ ਚ ਇੱਕ ਵਾਰੀ ਤੇ ਨਦੀ ਉਤਸਵ ਮਨਾਣਾ ਗਾ ਲੋੜਚਦਾ ਹੈ ਮੇਰੇ ਪਿਆਰੇ ਦੇਸ਼ ਵਾਸੀਓ ਕਦੇ ਵੀ ਲੌਕੀ ਗੱਲ ਗੀ ਲੌਕੀ ਚੀਜ਼ ਗੀ ਲੌਕਾ ਮੰਨਣੇ ਦੀ ਗਲਤੀ ਨਹੀਂ ਕਰਨੀ ਲੋੜਚਦੀ ਨਿੱਕੇ ਨਿੱਕੇ ਜਤਨੇ ਕਰਨੇ ਕਦੇ ਕਦੇ ਤੇ ਬੜੇ ਵੱਡੇ ਵੱਡੇ ਬਦਲਾਅ ਆਉਂਦੇ ਨਾ ਤੇ ਜੇਕਰ ਮਹਾਤਮਾ ਗਾਂਧੀ ਜੀ ਹੁੰਦੇ ਜੀਵਨ ਵਾਲੀ ਬੱਕੀ ਅਸ ਦਿਖਗੇ ਤਾਂ ਸ ਹਰ ਪਲ ਮਹਿਸੂਸ ਕਰ ਗਏ ਜੇ ਨਿੱਕੀ ਨਿੱਕੀ ਗੱਲਾਂ ਦੀ ਹੁੰਦੇ ਜੀਵਨ ਚ ਕਿੰਨੀ ਵੱਡੀ ਐਮੀਅਤ ਸੀ ਤੇ ਨਿੱਕੀ ਨਿੱਕੀ ਗੱਲਾਂ ਕੀ ਲਈ ਹੈ ਵੱਡੇ ਵੱਡੇ ਤਈ ਹੈ ਕਿ ਕਿੰ્યા ਉਹਨੇ ਪੂਰਾ ਕੀਤਾ ਸਾਡੇ ਅੱਜ ਦੇ ਨੌਜਵਾਨ ਕੀ ਇਹ ਪੱਕ ਗਏ ਜਾਣਨਾ ਲੋੜ ਚਦਾ ਜੇ ਸਾਫ ਸਫਾਈ ਦੇ ਅਭਿਆਨ ਨੇ ਕਿੰ્યા ਆਜ਼ਾਦੀ ਦੇ ਆંદੋਲਨ ਕੀ ਇੱਕ ਨਿਰੰਤਰ ਊਰਜਾ ਦਿੱਤੀ ਹੀ ਇਹ ਮਹਾਤਮਾ ਗਾਂਧੀ ਹੋਰ ਗਏ ਜਿਨੇ ਸਵੱਛਤਾ ਕੀ ਜਨ ਆંદੋਲਨ ਬਣਾਉਣੇ ਦਾ ਕੰਮ ਕੀਤਾ ਹ ਮਾਤਮਾ ਗਾਂਧੀ ਹੋਰੇ ਸਵੱਛਤਾ ਕੀ ਆਜ਼ਾਦੀ ਦੇ ਸੁਖਨੇ ਦੇ ਕੰਨੇ ਜੋੜੀ ਦਿੱਤਾ ਹ ਅੱਜ ਇੰਨੇ ਦਾ ਕਿੰਪ੍ਰਿੰਤ ਸਵੱਛਤਾ ਆਂਦੋਲਨ ਨ ਇੱਕ ਵਾਰੀ ਵੀ ਦੇਸ ਹੈਗੀ ਨਵੇਂ ਪਰਦੇ ਸੁਖਨੇ ਦੇ ਕੰਨੇ ਜੋੜਨੇ ਦਾ ਕੰਮ ਕੀਤਾ ਤੇ ਇਹ ਸਾਡੀ ਆਦਤਾਂ ਕੀ ਬਦਲਨੇ ਦਾ ਵੀ ਅਭਿਆਨ ਬਣਾ ਕਰਤਾ ਤੇ ਅਸ ਇਹ ਨਈ ਪੁਲਚਾ ਜੇ ਸਵੱਛਤਾ ਇਛੜਾ ਇੱਕ ਕਾਰਜਕ੍ਰਮ ਹੈ ਸਵੱਛਤਾ ਇਹ ਪੀੜੀ ਦਰ ਪੀੜੀ ਸੰਸਕਾਰ ਸੰਕਰਮਣ ਦੀ ਇੱਕ ਜ਼ਿੰਮੇਦਾਰੀ ਹੈ ਤੇ ਪੀੜੀ ਦਰ ਪੀੜੀ ਸਵੱਛਤਾ ਦਾ ਅਭਿਆਨ ਚੱਲਦਾ ਹੈ ਉਸਲੇ ਪੂਰੇ ਸਮਾਜ ਜੀਵਨ ਚ ਸਵੱਛਤਾ ਦਾ ਸੁਭਾਵ ਬੰਦਾ ਹੈ ਤੇ ਇਸ ਕਰੀਏ ਇਹ ਬਰੇ ਦਉ ਬਰੇ ਇੱਕ ਸਰਕਾਰ ਦੂਈ ਸਰਕਾਰ ਐਸਾ ਵਿਸ਼ੇ ਨਹੀਂ ਹੈ ਪੀੜੀਦਰ ਪੀੜੀ ਅਸੀਂ ਸਵੱਛਤਾ ਦੇ ਸਰਬੰਧ ਚ ਸਜਗਤਾ ਕਰਨਾ ਲਗਾਤਾਰ ਬਗੈਰ ਥਕੇ ਬਗੈਰ ਰੁਕੇ ਬੜੀ ਸ਼ਰਧਾ ਦੇ ਕੰਨ ਜੁੜੇ ਦੇ ਰਹਿਣਾ ਤੇ ਸਵੱਛਤਾ ਦੇ ਅਭਿਆਨ ਗੀਤ ਚਲਾਈ ਰੱਖਣਾ ਤੇ ਮੈਂ ਤੇ ਪਹਿਲੇ ਵੀ ਆਖਿਆ ਹਾ ਜੇ ਸਵੱਛਤਾ ਇਹ ਪੂਜਨੀ ਬਾਪੂ ਰੰਗੀ ਇਸ ਦੇਸ਼ ਦੀ ਬੜੀ ਵੱਡੀ ਸ਼ਰਧਾਂਜਲੀ ਹੈ ਤੇ ਇਹ ਸ਼ਰਧਾਂਜਲੀ ਅਸੀਂ बार-बार ਦਿੰਦੇ ਰਹਿਣਾ ਹੈ ਲਗਾਤਾਰ ਦਿੰਦੇ ਰਹਿਣਾ ਹੈ ਸਾਥੀਓ ਲੋਕ ਜਾਣਦੇ ਨਾ ਜੇ ਸਵੱਛਤਾ ਦੇ ਸਰਬੰਦਾ ਚ ਬੋਲਣੇ ਦਾ ਮੈਂ ਕਦੇ ਮੌਕਾ ਛੋੜਨਾ ਨਹੀਂ ਆ ਤੇ ਸ਼ਾਇਦ ਇਸ ਕਰਕੇ ਸਾਡੇ ਮਨ ਕੀ ਬਾਤ ਦੇ ਇੱਕ শ্রোਤਾ ਸ਼੍ਰੀਮਾਨ ਰਮੇਸ਼ ਪਟੇਲ ਜੀ ਉਹਨਾਂ ਲਿਖਿਆ ਹੈ ਅਸੀਂ ਕੀ ਬਾਪੂ ਦੇ ਤੁਮ ਸਿੱਖਦੀ ਹੋਈ ਇਸ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਚ ਆਰਥਿਕ ਸਵੱਛਤਾ ਦਾ ਵੀ ਤਿਆ ਯ ਲੈਣਾ ਲੋੜ ਚਦਾ ਜਿਸ ਚਾਲੀ ਸ਼ੌਚਾਲਿਆਂ ਦੇ ਨਿਰਮਾਣ ਨੇ ਗਰੀਬਾਂ ਦੀ ਗਰੀਮਾ ਵਧਾਈ ਉਹਾਂ ਗੇ ਆਰਥਿਕ ਸਵੱਛਤਾ ਗਰੀਬਾਂ ਦੀ ਅਧਿਕਾਰ ਯਕੀਨੀ ਬਣਾਉਂਦੀ ਹੈ ਉਹਦਾ ਜੀਵਨ ਸੌਖਾ ਬਣਾਉਂਦੀ ਹੈ ਹੁਣ ਤੁਸ ਜਾਣਦੇ ਹੋ ਜਨਤਨ ਖਾਤੇ ਦੇ ਲਈ ਦੇਸਾ ਨੇ ਜਿਹੜਾ ਅਭਿਆਨ ਸ਼ੁਰੂ ਕੀਤਾ ਇਹਦੀ ਵਜ੍ਹਾ ਕਰੀ ਅੱਜ ਗਰੀਬਾਂ ਦੀ ਉਹਦੇ ਹੱਕ ਦਾ ਪੈਸਾ ਸਿੱਧਾ ਸਿੱਧਾ ਉਹਦੇ ਖਾਤੇ 'ਚ ਜਾ ਕਰਦਾ ਹੈ ਜਿਹਦੇ ਕਾਰਨ ਭ੍ਰਸ਼ਟਾਚਾਰ ਜਿਹਨੇ ਰੁਕਾਵਟਾਂ 'ਚ ਬੜੀ ਵੱਡੀ ਮਾਤਰਾ 'ਚ ਕਮੀ ਆਈ ਹੈ ਇਹ ਗੱਲ ਸਹੀ ਹੈ ਅਰਥਿਕ ਸਵੱਛਤਾ ਚ ਟੈਕਨੋਲੋਜੀ ਬੜੀ ਮਦਦ ਕਰੀ ਸਕਦੀ ਹੈ ਸਾਢੇ ਹfte ਖੁਸ਼ੀ ਦੀ ਗੱਲ ਹੈ ਅੱਜ ਗ੍ਰਾਂਧਿਆ ਚ ਵੀ ਫਿਨਟੈਕ ਯੂਪੀਆਈ ਕਨੇ ਡਿਜੀਟਲ ਲੈਣ-ਦੇਣ ਕਰਨ ਦੀ ਦਿਸ਼ਾ ਚ ਆਮ ਮਾਨੂ ਵੀ ਜੁੜਾ ਕਰਦਾ ਹੈ ਉਹਦਾ ਚਲਨ ਬਦਨ ਲੱਗੀ ਪੈਦਾ ਤੁਸੀਂ ਕਿ ਮੈਂ ਇੱਕ ਆਂਕੜਾ ਦੱਸਣਾ ਤੁਸੀਂ ਕਿ ਗਰਵੋਕ ਪਿਛਲੇ ਅਗਸਤ ਮਹੀਨੇ ਚ ਇੱਕ ਮਹੀਨੇ ਚ ਯੂਪੀਆਈ ਕਨੇ 355 ਕਰੋੜ ਲੈਣ-ਦੇਣ ਹੋਏ ਯਾਨੀ ਕਰੀਬ-ਕਰੀਬ 350 ਪਿਆ ਕਰੋੜ ਰੁਪਏ ਥਮਾ ਮਤੇ ਲੈਣ ਦੇ। ਯਾਨੀ ਅਸ ਆਖੀ ਸਕਨੇ ਆ ਜੇ ਅਗਸਤ ਦੇ ਮਹੀਨੇ ਚ 350 ਕਰੋੜ ਥਮਾ ਮਤੀ ਬਾਰੀ ਡਿਜੀਟਲ ਲੈਣ ਦੇ ਨਾਸਤੇ UPI ਦਾ ਇਸਤੇਮਾਲ ਕੀਤਾ ਗਿਆ ਹੈ। ਅੱਜ ਔਸਤ 6 ਲੱਖ ਕਰੋੜ ਰੁਪਏ ਥਮਾ ਮਤੇ ਦਾ ਡਿਜੀਟਲ ਭੁਗਤਾਨ UPI ਕਨੇਵਾ ਕਰਦਾ ਹੈ। ਇਹ ਦਿਨ ਨਾ ਦੇਸ਼ ਦੀ ਅਰਥ ਵਿਵਸਥਾ ਚ ਸਵੱਛਤਾ ਪਾਰਦਰਸ਼ਤਾ ਵਾ ਕਰਦੀ ਹੈ ਤੇ ਅਸ ਜਾਣਨੇ ਆ ਹੁਣ ਫਿਨਟੈਕ ਦਾ ਮਤਵ ਬੜਾ ਬਧਾ ਕਰਦਾ ਹੈ। ਸਾਥੀਓ ਦੀਆਂ ਬਾਪੂਆਂ ਨੇ ਸਵੱਛਤਾ ਕੀ ਆਜ਼ਾਦੀ ਕੰਨ ਜੋੜਿਆ ਹਾ ਉਆਂ ਗਏ ਖਾਦੀ ਕੀ ਆਜ਼ਾਦੀ ਦੀ ਪਛਾਣ ਬਣਾਈ ਦਿੱਤਾ ਹਾ ਅੱਜ ਆਜ਼ਾਦੀ ਦੇ 75ਵੇਂ ਬਰੇ ਚ ਅਸ ਜਿਸ ਲੈ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਕੀ ਮਨਾ ਕਰਨੀਆਂ ਅੱਜ ਅਸ ਸੰਦੋਖ ਕੰਨਿਆ ਕੀ ਸਕਣੀਆਂ ਜੇ ਆਜ਼ਾਦੀ ਦੇ ਆંદੋਲਨ ਚ ਜਿਹੜਾ ਗੌਰਵ ਖਾਦੀ ਕੀ ਹਾ ਅੱਜ ਸਾਡੀ ਯੁਵਾ ਪੀੜੀ ਖਾਦੀ ਕੀ ਉਹ ਗੌਰਵ ਦੁਆ ਕਰਦੀ ਹੈ ਅੱਜ ਖਾਦੀ ਤੇ ਹੈਂਡਲੂਮ ਦਾ ਉਤਪਾਦਨ ਕਈ ਗੁਣਾ ਵਧਿਆ ਹੈ ਉਦੀ ਮੰਗ ਵੀ ਬਤੀ ਹੈ ਤੂੰ ਵੀ ਜਾਣਦੇ ਹੋ ਐਸੇ ਕਈ ਮੌਕੇ ਆਇਨ ਜਿਸ ਲਈ ਦਿੱਲੀ ਦੇ ਖਾਦੀ ਸ਼ੋਰੂਮ ਚ ਇੱਕ ਦਿਨ ਚ 1 ਕਰੋੜ ਰੁਪਏ ਕੋਲਾ ਮਤੇ ਦਾ ਕਾਰੋਬਾਰ ਹੋਇਆ ਮੈਂ ਵੀ ਪਰਤੀਏ ਤੁਸੇਂ ਕੀ ਚੇਤਾ ਦਵਾਣਾ ਚਾਹੰਗ ਜੇ 2 ਅਕਤੂਬਰ ਪੂਜਨੀ ਬਾਪੂ ਦੀ ਜਰਮ ਜਨਮਤੀ ਪਰ ਅਸ ਸਭੈ ਪੀ ਇੱਕ ਬਾਰੀ ਇੱਕ ਨਵਾਂ ਰਿਕਾਰਡ ਬਣਾਚਾ ਤੂਸ ਆਪਣੇ ਸ਼ਹਿਰਾਂ ਚ ਜਿੱਥੇ ਵੀ ਖਾਦੀ ਵਿਕਦੀ ਹੋਇ ਹੈ ਹੈਂਡਲੂਮ ਵਿਕਦਾ ਹੋਇ ਹੈ ਹੈਂਡੀਕਰਾਫਟ ਵਿਕਦਾ ਹੋਇ ਹੈ ਤੇ 43 ਦਾ ਤਿਹਾਰ ਸਾਹਮਣੇ ਹੈ त्यारे रूत खादी हैंडलूम कुटीर उद्योग जुड़ी दी तुंदी हर खरीददारी वोकल फॉर लोकल इस अभियान की मजबूत करने करनेी होाने सभ्य रिकार्ड त्रोड़ने साथियों अमृत महोत्सव के इस कालखंड देस आजादी के दे इतिहास की अनकही गाथाएं गी, जन जन तगर पुजाने का एक अभियान भी चल कर नमें उभर कर लखारियों दे ਤੇ ਦੁਨੀਆ ਦੇ ਯੁਵਾਇਆਂ ਕੀ ਆਹਵਾਨ ਕੀਤਾ ਗਿਆ ਇਸ ਅਭਿਆਨ ਅਸਤੇ ਅਜੰਤਾਗਰ 13000 ਤੋਂਮ ਮਤੇ ਲੋਕਾਂ ਨੇ ਆਪਣਾ ਪंजीकरण ਕੀਤਾ ਤੇ ਉਹ ਵੀ 14 ਬਖ ਬਖ ਪਾਸ਼ਾਂ ਵਿੱਚ ਤੇ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਬੀ ਹੈ ਜੇ 20 ਕੁਲਾ ਮਤੇ ਮੁਲਖੇ ਵਿੱਚ ਕਈ ਅਪਰਵਾਸੀ ਭਾਰਤੀਆਂ ਵੀ ਇਸ ਅਭਿਆਨ ਕਰਨੇ ਜੁੜਨੇ ਆਸਤੇ ਆਪਣੀ ਇੱਛਾ ਜਤਾਈ ਹੈ ਇੱਕ ਹੋਰ ਬੜੀ ਦਿਲਚਸਪ ਜਾਣਕਾਰੀ ਹੈ ਕਰੀਬ 5000 ਤੋਂਮ ਮਤੇ ਨਵੇਂ ਉਭਰਾ ਕਰਤੇ ਲਖਾਰੀ ਆਜ਼ਾਦੀ ਦੀ ਜੰਗ ਦੀਆਂ ਕਹਾਣੀਆਂ ਕੀ ਤੁੱਪਾ ਕਰਦੇ ਨੇ ਉਹਨੇ ਜਿਹੜੇ ਗੁਮਨਾਮ ਨਾਇਕ ਨੇ ਜਿਹੜੇ ਬੇਨਾਮ ਨੇ ਇਤਿਹਾਸ ਦੇ ਸਫ਼ੇ 'ਚ ਜਿੰਦੇ ਨਾਂ ਨਜ਼ਰੀ ਨਹੀਂ ਆਉਂਦੇ ਨੇ ਐਸੇ ਗੁਮਨਾਮ ਨਾਇਕੇ ਪਰ ਥੀਮ ਪਰ ਉਹਦੇ ਜੀਵਨ ਉੱਪਰ ਉਹਨੇ ਕਟਨਾਏ ਪਰ ਕਿਸ਼ ਲਿਖਣੇ ਦਾ ਪੀੜਾ ਚੁੱਕਿਆ ਹੈ ਯਾਨੀ ਦੇਸ਼ ਦੇ ਯੁਵਾਏ ਧਿਆਈ ਲੱਤੇ ਉਕੜੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਕੀ ਵੀ ਦੇਸ਼ ਦੇ ਸਾਹਮਣੇ ਆਣਗਨ ਜਿੰਦੀ ਪਿਛਲੇ 75 ਬਰੇ ਵਿੱਚ ਕੋਈ ਚਰਚਾ ਤੱਕ ਨਹੀਂ ਹੋਈ ਹੈ ਸਭਨੇ ਸ਼ਰੋਤਾਂ ਇਥੇ ਮੇਰੀ ਗੁਜ਼ਾਰਿਸ਼ ਹੈ शिक्षा जगत कने जुड़े दे सबने थमा मेरी गुजारिश है तुस भी युवाएं के प्रेरित करो तुस भी आगे आओ ते मेरा पक्का विश्वास है जे आजादी दे अमृत महोत्सव च इतिहास लिखने दा काम करने वाले लोग इतिहास बनाने बियाले न मेरे प्यारे देशवासियों सियाचिन ग्लेशियर दे बारे च अस सबबय जाननी आ उथे दी ठंड ऐसी भयानक है जे ते चरावणा आम मानुवे दी बस दी गल ग नहीं है दूरे दूरे तकर बर्फ गै बर्फ ਤੇ ਰੁਖ ਬੂਟੇ ਦਾ ਤੇ ਨਾ ਮੋ ਨਿਸ਼ਾਨ ਨਹੀਂ ਹੈ ਇੱਥੇ ਦਾ ਤਾਪਮਾਨ -60 ਡਿਗਰੀ ਤੱਕਰ ਵੀ ਚਲੀ ਜਾਂਦਾ ਹੈ ਕਿਸ਼ਕ ਦੇ ਦਿਨ ਪਹਿਲੇ ਸਿਆਚਿੰਦ ਦੇ ਇਸ ਦੁਰਘਮ ਇਲਾਕੇ ਚ 8 ਦਿਵਿਆਂਗ ਜਨਨ ਦੀ ਟੀਮ ਨੇ ਜਿਹੜਾ ਕਮਾਲ ਕਰੀ ਦੱਸਿਆ ਉਹ ਹਰ ਦੇਸ਼ ਵਾਸੀ ਵਾਸਤੇ ਮਾਨਨੇ ਵਾਲੀ ਗੱਲ ਹੈ ਇਸ ਟੀਮ ਨੇ ਸਿਆਚਿੰ ਗਲੇਸ਼ੀਅਰ ਦੀ 15000 ਫੁੱਟ ਥਮਾ ਵੀ ਮਤੇ ਦੀ ਉਚਾਈ ਉਪਰ ਸਥਿਤ ਕੁਮਾਰ ਪੋਸਟ ਉਪਰ ਆਪਣਾ ਚੰਡਾ ਲਹਿਰਾਈ ਹੈ ਵਰਲਡ ਰਿਕਾਰਡ ਬਣਾਈ ਦਿੱਤਾ ਹੈ ਸਰੀਰਿਆ ਦੀਆਂ ਚੁਣੌਤੀਆਂ ਦੇ ਬਾਵਜੂਦ ਵੀ ਸਾਡੇ ਇਹਨੇ ਦਿਵਿਆਂਗੇ ਜਿਹੜਾ ਕਾਰਨਾਮਾ ਕਰੀ ਦੱਸਿਆ ਉਹ ਪੂਰੇ ਦੇਸ਼ਾਂ ਲਈ ਪ੍ਰੇਰਨਾ ਹੈ ਤੇ ਜਿਸ ਲਈ ਇਸ ਟੀਮ ਦੇ ਸਦਸੀਆਂ ਦੇ ਬਾਰੇ ਵਿੱਚ ਜਾਣ ਗਿਓ ਤਾਂ ਤੁਸ ਵੀ ਮੇਰੇ ਵਾਲਾ ਲੇਖ ਹਿੰਮਤ ਤੇ ਆਸ ਲੇਖਨ ਨੇ ਪਰੋਚੀ ਜਾ ਕੇ ਇਹਨੇ ਜਾਂਬਾਜ਼ ਦਿਵਿਆਂਗੇ ਦੇ ਨਾਮ ਮਖੇਸ਼ ਨਹਿਰਾ ਉੱਤਰਾਖੰਡ ਦੇ ਅਕਸ਼ਤ रावत ਮਹਾਰਾਸ਼ਟਰ ਦੇ ਪੁਸ਼ਪਕ ਗਵਾਂਡੇ ਹਰਿਆਣਾ ਦੇ ਅਜੀਤ ਕੁਮਾਰ ਲੱਦਾਖ ਦੇ ਲੁਬਸੰਗ ਚੋਸਪੇਲ ਤਾਮਿਲਨਾਡੂ ਦੇ ਮੇਜਰ ਦਵਾਰਕੇਸ਼ ਜੰਮੂ ਕਸ਼ਮੀਰ ਦੇ ਇਰਫਾਨ ਅਹਿਮਦ ਮੀਰ ਤੇ ਹਿਮਾਚਲ ਪ੍ਰਦੇਸ਼ ਦੀ ਚੌਂਜ਼ਿਨ ਐਂਗਮੋ ਸਿਆਚਿਨ ਗਲੇਸ਼ੀਅਰ ਦੀ ਫਤਿਹ ਕਰਨ ਦਾ ਇਹ ਆਪਰੇਸ਼ਨ ਭਾਰਤੀ ਸੈਨਾ ਦੇ ਵਿਸ਼ੇਸ਼ ਬਲਾਂ ਦੇ ਦਿੱਗਜਾਂ ਦੀ ਵਜ੍ਹਾ ਕਰੀ ਕਾਮਯਾਬ ਹੋਇਆ ਹੈ ਮੈਂ ਇਸ ਇਤਿਹਾਸਿਕ ਤੇ ਵੱਡੀ ਉਪਲਬਧੀ ਲਈ ਇਸ ਟੀਮ ਦੀ ਸਰਾਹਨਾ ਕਰਨਾ ਇਹ ਸਾਡੇ ਦੇਸ਼ਵਾਸੀਆਂ ਦੇ ਕੈਨ ਡੂ ਕਲਚਰ ਕੈਨ ਡੂ ਡਿਟਰਮੀਨੇਸ਼ਨ ਕੈਨ ਡੂ ਐਟੀਟਿਊਡ ਦੇ ਕੰਨੇ ਹਰ ਚੁਣੌਤੀ ਕੰਨੇ ਨਿਬੜਨ ਦੀ ਭਾਵਨਾ ਕੀ ਵੀ ਪ੍ਰਗਟ ਕਰਦਾ ਹੈ ਸਾਥੀਓ ਅੱਜ ਦੇਸ਼ਾਚ ਦਿਵੰਗ ਜਨ ਦੇ ਕਲਿਆਣ ਵਾਸਤੇ ਕਈ ਯਤਨ ਉਹ ਕਰਦੇ ਨੇ ਮੇਗੀ ਉੱਤਰ ਪ੍ਰਦੇਸ਼ ਚ ਆ ਕਰਦੇ ਐਸੇ ਗਏ ਇੱਕ ਯਤਨ 1 ਟੀਚਰ 1 ਕਾਲ ਦੇ ਬਾਰੇ ਚ ਜਾਣਨੇ ਦਾ ਮੌਕਾ ਮਿਲਿਆ ਬਰੇਲੀ ਚ ਇਹ ਅਨੋਖਾ ਯਤਨ ਦਿਵੰਗ ਬੱਚੇ ਕੀ ਨਵੀਂ ਗੱਤ ਦੱਸਾ ਕਰਦਾ ਇਸ ਅਭਿਆਨ ਦੀ ਅਗਵਾਈ ਕਰਾ ਕਰਦੀਆਂ ਡਭੌਰਾ ਗੰਗਾਪੁਰ ਚ ਇੱਕ ਸਕੂਲ ਦੀ ਪ੍ਰਿੰਸੀਪਲ ਦੀਪਮਾਲਾ ਪਾਂਡੇ ਜੀ ਕੋਰੋਨਾ ਦੇ ਸਮੇਂ ਚ ਇਸ ਅਭਿਆਨ ਦੇ ਕਾਰਨ ਨਾ ਛੜਾ ਖਰੀਮਤੀ ਕੇਂਤਰੀਚ ਬੱਚੇ ਦਾ ਦਾਖਲਾ ਮੁਮਕਿਨ ਹੋ ਹੀ ਸਕਿਆ ਸਗੁਆ ਇਹਦੇ ਕੰਨਾਹ ਕਰੀਬ 350 ਮਾ ਮਤੇ શિક્ષਕ ਵੀ ਸੇਵਾ ਪਾਵਨਾ ਕਰਨੇ ਜੁੜੀ ਚੁਕੇ ਦਿਨ ਇਹ શિક્ષਕ ਗ੍ਰਾਂ ਗ੍ਰਾਂ ਜਈਏ ਦਿਵਿਆਂਗ ਬੱਚੇ ਕੀ ਸਦ ਦਿਨ ਤਲਾਸ਼ ਕਰਦੇ ਨ ਤੇ ਭੀ ਉੰਦਾ ਕੁਛ ਨਾ ਕੁਛ ਸਕੂਲ ਚ ਦਾਖਲਾ ਯਕੀਨੀ ਬਣਾਉਂਦੇ ਨ ਦਿਵਿਆਂਗ ਜਨਿਆਸਤੇ ਦੀਪ ਮਾਲਾ ਜੀ ਤੇ ਸਾਥੀ શિક્ષਕਾਂ ਦੇ ਇਸ ਨੇਕ ਜਤਨ ਦੀ ਮੈਂ ਮਤੀ ਮਤੀ ਸਰਾਨਾ ਕਰਨਾ ਸਿੱਖਿਆ ਦੇ ਖੇਤਰ ਚ ਐਸਾ ਹਰ ਜਤਨ ਸੜੇ 30 ਦੇ ਪਵਿੱਖਗੀ ਸਵਾਰਨਿਆਲੇ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਜਿਸੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਇਹ ਹੈ ਜੇ ਇੱਕ ਦਿਨਾਂ ਚ ਸੈਂਕੜੇ ਬਾਰੀ ਕਰੋਨਾ ਲਫ਼ਜ਼ ਸਾਡੇ ਕੰਨਾਂ ਚ ਗੂੰਜਦਾ ਹੈ ਸਾਉ ਬਰਿੰਚ ਆਈ ਦੀ ਸਭ ਨਿਸ਼ਾ ਵੱਡੀ ਵਿਸ਼ਵਿਕ ਮਹਾਮਾਰੀ ਕੋਵਿਡ-19 ਨੇ ਹਰ ਦੇਸ਼ਵਾਸੀ ਕੀ ਬੜਾ ਕਿਸ਼ ਸਿਖਾਇਆ ਹੈ ਸਿਹਤ ਦਿਖਪਾਲ ਤੇ ਆਰੋਗ્ય ਲਈ ਇਹ ਅੱਜ ਜਿੱਕੇ ਆਸਾ ਵੀ ਬਧੀ ਹੈ ਤੇ ਜਾਗਰੂਕਤਾ ਵੀ ਸਾਡੇ ਦੇਸਾਂ ਚ ਪਰੰਪਰਿਕ ਰੂਪ ਕਰਨੇ ਐਸੇ ਕੁਦਰਤੀ ਉਤਪਾਦ ਬੜੀ ਮਤੀ ਮਾਤਰਾ ਚ ਉਪਲਬਧ ਨ ਜਿਹੜੇ ਆਰੋਗਯ ਯਾਨੀ ਸਿਹਤ ਆਸਤੇ ਬੜੇ ਫਾਇਦੇਮੰਦ ਨ ਓਡੀਸ਼ਾ ਦੇ ਕਾਲਾਖਾਂਡੀ ਦੇ ਨਾਂਦੋਲ ਚ ਰਹਿਣੇ ਵਾਲੇ ਪਤਾਇਤ ਸਾਹੂ ਜੀ ਇਸ ਇਲਾਕੇ ਚ ਬਰੇ ਥਮਾ ਇੱਕ ਅਨੋਖਾ ਕੰਮ ਕਰਾ ਕਰਦੇ ਨ ਉਹਨੇ ਡੇਢ ਏਕੜ ਜ਼ਮੀਨ ਪਰ ਔਸ਼ਧੀਯ ਬੂਟੇ ਲਾਇਨ ਇਹ ਨਹੀਂ ਸਾਹੂ ਜੀ ਹੋਰੇ ਇਹਨੇ ਔਸ਼ਧੀਯ ਬੂਟੇ ਦਾ ਦਸਤਾਵੇਜ਼ੀਕਰਨ ਵੀ ਕੀਤਾ ਹੈ ਮਿੱਗੀ ਰਾਂਚੀ ਦੇ ਸतीश ਜੀ ਔਰ ਇਨ ਚਿੱਠੀ ਦੇ ਰਾਹੀਂ ਐਸੀ ਗੈ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ ਹੈ ਸतीश ਜੀ ਔਰਿ Jharkhand ਦੇ ਇੱਕ aloevera ਗ੍ਰਾਂਂ ਵਾਲੀ ਬੱਕੀ ਮੇਰਾ ਧਿਆਨ ਦਵਾਇਆ ਹੈ ਰਾਂਚੀ ਦੇ ਨੇੜੇ ਗੈ ਦੇਵਰੀ ਗ੍ਰਾਂਂ ਦੀਆਂ ਮਹਿਲਾئیں ਮੰਜੂ ਕੱਚਪ ਜੀ ਉਨ ਦੇ ਨੇਤ੍ਰਿਤਵ ਚ ਬਿਰਸਾ ਖੇਤੀ ਵਿਦਿਆਲ័យ ਥਮਾ aloevera ਦੀ ਖੇਤੀ ਦੀ ਸਿਖਲਾਈ ਲੱਤੀ ਹੀ ਇਹਦੇ ਪ੍ਰੰਤ ਉਹਨੇ aloevera ਦੀ ਖੇਤੀ ਸ਼ੁਰੂ ਕੀਤੀ ਇਸ ਖੇਤੀ ਕਨੇ ਨਾਂਚੜਾ ਸੇਤ ਦੇ ਖੇਤਰ ਚ ਲਾਹ ਮਿਲਿਆ ਸਗੋਂ ਇਹਨੇ ਮਹਿਲਾਇਂ ਦੀ ਆਨਦਨ ਵੀ ਵਧੀ ਹੈ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਇਹਨੇ ਕੀ ਖਰੀ ਆਮਦਨ ਹੋਈ ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਜੇ ਸੈਨੀਟਾਈਜ਼ਰ ਬਣਾਣ ਵਾਲੀਆਂ ਕੰਪਨੀਆਂ ਸਿੱਧੇ ਇੰਦੇ ਥਾਂ ਐਲੋਵੇਰਾ ਖਰੀਦਾ ਕਰਦੀਆਂ ਹੀਆਂ ਅੱਜ ਇਸ ਕੰਮ ਵਿੱਚ ਕਰੀਬ 40 ਮਹਿਲਾਵਾਂ ਦੀ ਟੀਮ ਜੁਟੀਦੀ ਹੈ ਤੇ ਕਈ ਏਕੜ ਚ ਐਲੋਵੇਰਾ ਦੀ ਖੇਤੀ ਹੁੰਦੀ ਹੈ ਓਡੀਸਾ ਦੇ ਪਤਾਇਤ ਸਾਹੂ ਜੀੋਂ ਜਾਂ ਪੀ ਦੇਵਰੀ ਚ ਮਹਿਲਾਵਾਂ ਦੀ ਏ ਟੀਮ ਇਹਨੇ ਖੇਤੀ ਕੀ ਜਿਸ ਚਾਲੀ ਕਨੇ ਸੇਤ ਦੇ ਖੇਤਰਾਂ ਕਨੇ ਜੋੜਿਆ ਉਹ ਇੱਕ ਆਪਣੇ ਆਪ ਵਿੱਚ ਇੱਕ ਮਿਸਾਲ ਹੈ साथियों सथियोंो आनेी दो अक्तूबर गी लाल बहादुर शास्त्री जी हों भी जन्म जयंती हुंदी उंदे चेते च उन दिन असें खेती च नमें नमें प्रयोग करने भी शिक्षा द औषधीय बूटें खेतर स्टार्टअप बढ़ावा देने मेडीहब टीबीआई के ना एक इनक्यूबेटर गुजरात दे आनंद च कम करा कर औषधीय ते खुशबूदार बूटें जुड़े दा ए इ इन्क्यूबेटर बड़े समें च समे 15 ਉਦਮੀਆਂ ਦੇ ਵਪਾਰ ਸਰਬੰਧੀ ਵਿਚਾਰਗੀ ਮਦਦ ਦੇ ਚੁਕੇ ਦਾ ਹੈ ਇਸ ਇਨਕਿਊਬेटर ਦੀ ਮਦਦ ਹਸਲ ਕਰੀਏ ਗਿਆ ਸੁਧਾ ਚੇਬਰੋਲੂਜੀਓ ਨੇ ਆਪਣਾ ਸਟਾਰਟਅਪ ਸ਼ੁਰੂ ਕੀਤਾ ਉੰਦੀ ਕੰਪਨੀ ਚ ਮਹਿਲਾਇਆਂ ਕੀ ਤਰਜੀਹ ਦਿੱਤੀ ਜਾਂਦੀ ਹੈ ਤੇ ਉੰਦੇ ਪਰਗਾ ਇਨੋਵੇਟਿਵ ਹਰਬਲ ਫਾਰਮੂਲੇਸ਼ਨਸ ਦੀ ਵੀ ਜ਼ਿੰਮੇਦਾਰੀ ਹੈ ਇਕੋ ਰੁਦਮੀ ਸੁਭਾਸ਼ਰੀ ਜੀ ਹੋਰੇ ਜਿਨੇ ਕੀ ਵੀ ਇਸ ਸੈ ਔਸ਼ਧੀਏ ਤੇ ਖੁਸ਼ਬੂਦਾਰ ਬੂਟੇ ਸਰਬੰਧੀ ਇਨਕਿਊਬेटर ਕਨੇ ਮਦਦ ਮਿਲੀ ਹੈ ਸੁਭਾਸ਼ਰੀ ਜੀ ਉੰਦੀ ਕੰਪਨੀ ਹਰਬਲ ਰੂਮ ਇਕ ਕਾਰ ਫਰੈਸ਼ਨਰ ਦੇ ਖੇਤਰ 'ਚ ਕੰਮ ਕਰਾ ਕਰਦੀ ਹੈ। ਉਹਨੇ ਇੱਕ ਹਰਬਲ ਟੈਰਸ ਗਾਰਡਨ ਵੀ ਬਣਾਇਆ ਹੈ ਜਿਦੇ 'ਚ 400 ਤੋਂ ਵੱਧ ਮਤੀ ਔਸ਼ਧੀય ਜੜੀ-ਬੂਟੀਆਂ ਨੇ। ਸਾਥੀਓ, ਬੱਚਿਆਂ 'ਚ ਔਸ਼ਧੀય ਤੇ ਹਰਬਲ ਬੂਟੇ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਆਸਤੇ ਆਯੂਸ਼ ਮੰਤਰਾਲੇ ਨੇ ਇੱਕ ਦਿਲਚਸਪ ਪਹਿਲ ਕੀਤੀ ਹੈ ਤੇ ਇਹਦਾ ਬੀੜਾ ਚੁੱਕਿਆ ਸਾਡੇ ਪ੍ਰੋਫੈਸਰ ਆਯੂਸ਼ਮਾਨ ਜੀ ਹੋਰੇ। ਉਹ ਹੀ ਸਕਦੇ ਜੇ ਜਿਸਲੇ ਤੁਸ ਇਹ ਸੋਚੋ ਜੇ ਆਖਰ ਪ੍ਰੋਫੈਸਰ ਆਯੂਸ਼ਮਾਨ ਐਨ ਕੁੰਨ ਦਰਸਲ ਪ੍ਰੋਫੈਸਰ ਆਯੁਸ਼ਮਾਨ ਇੱਕ ਕਾਮਿਕ ਬੁੱਕ ਦਾ ਨਾਮ ਹੈ। ਇਹਦੇ ਚ ਬਕਬਕ ਕਾਰਟੂਨ ਕਿਰਦਾਰਾਂ ਦੀਆਂ ਲੋਕੀ ਲੋਕੀ ਕਹਾਣੀਆਂ ਤਿਆਰ ਕੀਤੀਆਂ ਗਈਆਂ। ਕੰਨੇ ਗਏ ਐਲੋਵੇਰਾ, ਤુલਸੀ, ਆਮਲਾ, ਗਿਲੋਏ, ਨੀਮ, ਅਸ਼ਵਗੰਧਾ ਤੇ ਬ੍ਰਹਮੀ ਜਨੇ ਸੇਤਮੰਦ ਔਸ਼ਧੀ ਬੂਟੇ ਦਾ ਮਤਵ ਦੱਸਿਆ ਗਿਆ ਹੈ। ਸਾਥੀਓ, ਅੱਜ ਦੇ ਅਲਾਚ ਜਿਸ ਚਾਲੀ ਔਸ਼ਧੀ ਬੂਟੇ ਤੇ ਹਰਬਲ ਉਤਪਾਦਨ ਲਈਏ ਦੁਨੀਆ ਭਰਾਂ ਚ ਲੋਕਾਂ ਦਾ ਰੁਝਾਨ ਵਧਿਆ ਹੈ। ਉਦੇਚ ਭਾਰਤ ਦੇ ਕੋਲ ਬੜੀ ਮਤੀ ਸੰਭਾਵਨਾ ਨ ਪਿਛਲੇ ਸਮੇਂ ਚ ਆਯੁਰਵੈਦਿਕ ਤੇ ਹਰਬਲ ਉਤਪਾਦਨ ਦੇ ਨਿਰਯਾਤ ਚ ਵੀ ਬੜਾ ਬਾਦਦਾ ਦਿਖਨੇ ਕੀ ਮਿਲਿਆ ਹੈ ਮੈਂ ਵਿਗਿਆਨੀ ਕੇ ਸ਼ੋਧ ਕਰਤਾਇ ਤੇ ਸਟਾਰਟਅਪ ਦੀ ਦੁਨੀਆ ਕਨੇ ਜੁੜੇ ਦੇ ਲੋਕਾਂ ਕੀ ਐਸੇ ਉਤਪਾਦੀਆਂ ਲਈ ਬਖੀ ਧਿਆਨ ਦੇਣੇ ਦੀ ਗੁਜ਼ਾਰਿਸ਼ ਕਰਨਾ ਜਿਹੜੇ ਲੋਕਾਂ ਦੇ ਆਰੋਗ્ય ਤੇ ਰੋਗਾਂ ਤੋਂ ਮਾਂ ਬਚਾਲੀ ਸਮਰਥ ਤੇ ਵਿਧਾਨ ਗਾ ਸਾਡੇ ਕਿਸਾਨੀ ਤੇ ਨੌਜਵਾਨੀ ਦੀ ਆਮਦਨ ਕੀ ਵੀ ਵਧਾਣੇ ਚ ਮਦਦਗਾਰ ਸਾਬਤ ਹੋਣ ਸਾਥੀਓ पारंपरिक खेती थे बदिए खेती चु करदे नमें प्रयोग नमें विकल्प लगातार स्वरोजगार के नमें साधन बना कर पुलवामा के दौ भ्राए की कहानी भी इसे इस एक मिसाल है जम्मू कश्मीर के पुलवामा च बिलाल अहमद शेख ते मुनीर अहमद शेख ने जिस चाली अपने आस्ते नमें रस्ते तलाशे ओ न्यू इंडिया की एक मिसाल है उन्ताली बरें दे बिलाल अहमद जी हाईली क्वालिफाइड न उन्हें कई डिग्रियां हासिल करी रखी दिं اپنی اعلیٰ શિક્ષا कने जुड़े दे تجربے دا استعمال اج او رائے بھائی چ اپنا سٹارٹ اپ بنائیے کرا کر دینا بلال جی اورے اپنے گھر پر گئے ورمی کمپوسٹنگ دا یونٹ لایا ہے اس یونٹ تھما تیارو نیالے بایو فर्टिलाइजर کرنا ہے نا چھڑا رائے بھائی چ متلا ہوا ہے سگوا اے لوکیاں واسطے روزگار دے موقعے وی لے کے آیا ہے ہر برے اینے پرائ دے یونٹ تھما کرسانے کی قریب 3000 کونٹل ورمی کمپوسٹ ملا کرتا ہے ਅਜੁੰਦੇ ਇਸ ਵਰਮੀ ਕੰਪੋਸਟਿੰਗ ਯੂਨਿਟ ਚ 15 ਲੋਕ ਕੰਮ ਵੀ ਕਰਾ ਕਰਦੇ ਨੇ ਉੰਦੀ ਇਸ ਯੂਨਿਟ ਕੀ ਦਿਖਣੇ ਹਾਸਤੇ ਖਰੀ ਮਤੀ ਗਿੰਤਰੀ ਚ ਲੋਕ ਪੂਜਾ ਕਰਦੇ ਨੇ ਤੇ ਉੰਦੇ ਚ ਮਤੇ ਸਾਰੇ ਯੁਵਾ ਹੁੰਦੇ ਨੇ ਜਿਹੜੇ ਰਾਈ ਬਾਈ ਦੇ ਖੇਤਰ ਚ ਕਿਸ਼ਕ ਕਰਨਾ ਚਾਹੁੰਦੇ ਨੇ ਪੁਲਵਾਮਾ ਦੇ ਸ਼ੇਖਪਰਾਏ ਨੌਕਰੀ ਤੁਪਨੇ ਵਾਲਾ ਬੰਨੇ ਦੀ ਥਾਰ ਨੌਕਰੀ ਦੇਨੇ ਵਾਲਾ ਬੰਨੇ ਦਾ ਤਿਆ ਕੀਤਾ ਤੇ ਅੱਜ ਉਹ ਜੰਮੂ ਕਸ਼ਮੀਰ ਗੈ ਨਹੀਂ ਸਗੁਆ ਮੁਲਕ ਪਰ ਦੇ ਲੋਕਾਂ ਕੀ ਨਮੀ ਬਾਤ ਦੱਸਾ ਕਰਦੇ ਨੇ ਮੇਰੇ ਪਿਆਰੇ ਦੇਸ਼ਵਾਸੀਓ 25 ਸਤੰਬਰ ਕੀ ਦੇਸ਼ ਦੀ ਮਹਾਨ ਸੰਤਾਨ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜਰਮ ਜਨਮਤੀ ਹੁੰਦੀ ਹੈ ਦੀਨਦਿਆਲ ਜੀ ਪਿਛਲੀ ਸਦੀ ਦੇ ਸਭਨੇਸ਼ਾ ਵੱਡੇ ਵਿਚਾਰਕਾਂ ਚਾ ਇੱਕਨ ਉਹਦਾ ਅਰਥ ਦਰਸ਼ਨ ਸਮਾਜ ਕੀ ਸਸ਼ਕਤ ਬਣਾਉਣੇ ਹਾਸਤੇ ਉੰਦੀ ਨੀਤੀਆਂ ਉਹਦੇ ਪਾਸਿਆ ਦੱਸਿਆ ਗਿਆ ਅੰਤਯੋਦੇ ਦਾ ਰਸਤਾ ਅੱਜ ਵੀ ਜਿੰਨਾ ਪ੍ਰਸੰਗਿਕ ਹੈ ਉੰਨਾ ਗਾ ਪ੍ਰੇਰਣਾ ਦੇਣ ਵਾਲਾ ਵੀ ਹੈ ਤਰ੍ਹਾਂ ਬਰੇ ਪਹਿਲੇ 25 ਸਤੰਬਰ ਕੀ ਉੰਦੀ ਜਰਮ ਜਨਮਤੀ ਪਰ ਗਏ सा सभा बी से बीमा योजना आयुष्मान भारत योजना लागू की गई ही असा दे दो सवा दो करोड़ मते गरीबें आयुष्मान भारत योजना के तहत अस्पताल पज लख रप तगर मुफ्त इलाज मिली चुके है गरीब दे इन्नी बी योजना दीनदयाल जी हमें अंत्योदय दर्शन की समर्पित है अुवा जर उन मुलें आदर्शें अपने जीवन च तोरन ਤਾਂ ਇਹ ਹੁੰਦੇ ਬੜਾ ਕੰਮ ਆਈ ਸਕਦਾ ਹੈ ਇੱਕ ਵਾਰੀ ਲਖਨਊ ਚ ਦੀਨ ਦਿਵਾਲ ਜੀ ਉਹ ਰਿਆਂਖਿਆ ਹ ਕਿੰਨੀਆਂ ਖਰੀਆਂ ਖਰੀਆਂ ਚੀਜ਼ਾਂ ਖਰੇ ਖਰੇ ਗੁਣ ਨ ਇਹ ਸਭ ਬਸੇਗੀ ਸਮਾਜ ਥਮਾ ਘਤਿਆ ਅਸਲ ਹੁੰਦੇ ਨ ਅਸੀਂ ਸਮਾਜ ਦਾ ਕਰਜ਼ ਚੁਕਾਣਾ ਹੈ ਇਸ ਚਾਲੀ ਦਾ ਵਿਚਾਰ ਕਰਨਾ ਗਿਆ ਲੋਟ ਚਦਾ ਯਾਨੀ ਦੀਨ ਦਿਵਾਲ ਜੀ ਉਹ ਸਿੱਖ ਦਿੱਤੀ ਜੇ ਅਸੀਂ ਸਮਾਜ ਥਮਾ ਮੁਲਕ ਥਮਾ ਇੰਨਾ ਕਿਸ਼ ਲੈ ਨਹੀਂ ਆ ਜਿਹੜਾ ਕਿਸ਼ਬੀ ਹੈ ਉਹ ਮੁਲਕ ਦੀ ਵਜ੍ਹਾ ਕਰੀ ਗਿਆ ਤੇ ਇਹ ਇਸ ਕਰੀਏ ਦੇ ਸਹ ਦੇ ਪ੍ਰਤੀ ਆਪਣਾ ਕਰਜ਼ ਕਿੰਨਾ ਚੁਕਾਗੇ ਇਸ ਬਾਰੇ ਚ ਸੋਚਣਾ ਲੋੜ ਚਦਾ ਇਹ ਅੱਜ ਦੇ ਯੁਵਾ ਹਾਸਤੇ ਬੜਾ ਵੱਡਾ ਸਨੇਹਾ ਹੈ ਸਾਥੀਓ ਦੀਨ ਦਿਆਲ ਜਿੰਦੇ ਜੀਵਨ ਥਮਾ ਅਸੰਗੀ ਕਦੇ ਆ ਨਈ ਮੰਨਣ ਦੀ ਸਿੱਖ ਮਿਲਦੀ ਹੈ ਮਾੜੇ ਸਿਆਸੀ ਤੇ ਵਿਚਾਰਿਕ ਅਲਾ ਦੇ باوجود ਭਾਰਤ ਦੇ ਵਿਕਾਸਾਸਤੇ ਸਵਦੇਸ਼ੀ ਮਾਡਲ ਦੇ ਨਜ਼ਰੀਏ ਥਮਾ ਉਹ ਕਦੇ ਪਿੱਛੇ ਨਹੀਂ ਹਟੇ ਅੱਜ ਬੜੇ ਸਾਰੇ ਯੁਵਾ ਬਨੇ ਬਣਾਇਦੇ ਰਸਤੇ ਥਮਾ ਬਾਖੋਈਏ ਅੱਗੇ ਵਧਣਾ ਚਾਹੁੰਦੇ ਨੇ ਉਹ ਚੀਜ਼ੇਂ ਕੀ ਆਪਣੀ ਚਾਲੀ ਕਨੇ ਕਰਨਾ ਚਾਹਤੇ ਨਾ ਦੀਨ ਦਿਆਲ ਜੀਉਂ ਦੇ ਜੀਵਨ ਥਮਾ ਉਹਨੇ ਕੀ ਬੜੀ ਮਦਦ ਮਿਲੀ ਸਕਦੀ ਹੈ ਇਸ ਕਰੀਏ 유ਵਾਂਥਮਾ ਮੇਰੀ ਗੁਜ਼ਾਰਿਸ਼ ਹੈ ਜੇ ਉਹ ਉਹਨਦੇ ਬਾਰੇ ਚ ਪੱਕਾ ਗਿਆਨਨ ਮੇਰੇ ਪਿਆਰੇ ਦੇਸ਼ ਵਾਸੀਓ ਅਸੀਂ ਅੱਜ ਬੜੇ ਸਾਰੇ ਵਿਸ਼ੇ ਪਰ ਚਰਚਾ ਕੀਤੀ ਜੀਆਂ ਇਸ ਗੱਲ ਵੀ ਕਰਾ ਕਰਦੇ ਹੀ ਆਉਣਿਆਲਾ ਸਮੇਂ ਤਿਆ ਰਿੰਦਾ ਪੂਰਾ ਦੇਸ਼ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਹੁੰਦੀ ਝੂਠੇ ਪਰ ਜਿੱਤ ਦਾ ਪਰਵ ਵੀ ਮਨਾਣਿਆਲਾ ਪਰ ਇਸ ਉਤਸਵ ਚ असें एक लड़ाई के बारे चे चेता रखना है। वो है दस कोरोना लड़ाई टीम इंडिया इस लड़ाई च रोज़ नमें रिकॉर्ड बना है। वैक्सीनेशन से देशा ने कई ऐसे रिकॉर्ड बनाए न जिं चर्चा पूरी दुनिया हो इस लड़ाई चे हर भारतवासी की अहम भूमिका है असें अपनी बारी आने पर वैक्सीन तो लगवानी पर इस गल ध्यान रखना ज कोई इस सुरक्षा चक्कर छुड़की नहीं जा अपने दुआलै जिसी वैक्सीन नहीं लगी उसी भी वैक्सीन सेंटर तक ले ये जाना है। वैक्सीन लगने परैंत भी जरूरी नियमें की पालमा करनी है मिगी मेद है इस लड़ाई च एक बारी भी टीम इंडिया अपना परचम लहराग अस अगली बारी किस और विषय पर मन की बात करके सबने की हर देशवासी की तेहारे मतियां मतियां शुभकामना धन्यवाद